ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਠੱਗ ਚੋਰ ਸ਼ਾਤਰ ਤਰੀਕੇ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਹੀ ਲੈਂਦੇ ਨੇ ਤੇ ਅੱਜ ਕੱਲ ਫੋਨ ਕਾਲ ਦੇ ਜ਼ਰੀਏ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਪਹਿਲਾਂ ਕਾਲ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਬਾਅਦ ਵਿੱਚ ਪੈਸਿਆਂ ਦੀ ਡਿਮਾਂਡ ਰੱਖੀ ਜਾਂਦੀ ਹੈ। ਤਾਜ਼ਾ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਜਿੱਥੇ ਕਿ ਜਗਬਾਣੀ ਦੇ ਹੀ ਇੱਕ ਪੱਤਰਕਾਰ ਨੂੰ ਫੋਨ ਤੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਗਈਆਂ ਤੇ ਬਾਅਦ ਵਿੱਚ ਗੱਡੀ ਖਰੀਦਣ ਦੇ ਲਈ ਪੈਸਿਆਂ ਦੀ ਡਿਮਾਂਡ ਰੱਖੀ ਗਈ। ਤੁਸੀਂ ਹੀ ਸੁਣੋ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਆਖਰ ਕੀ ਕਿਹਾ। ਹੋਰ ਨਵੀਆਂ ਤਾਜ਼ੀਆਂ ਕਿਵੇਂ? ਅੱਜ ਯਾਦ ਕਰ ਲਿਆ ਭਰਾ ਨੂੰ? ਬਸ ਇਦਾਂ ਹੀ ਅਸੀਂ ਆਪਣੇ ਵੀਰ ਨੂੰ ਯਾਦ ਕਰ ਲਿਆ। ਮੈਂ ਕਿਹਾ ਚਲੋ ਵੀਰ ਨੂੰ ਯਾਦ ਕਰ ਲਿਆ, ਆਪਣੇ ਤਾਂ ਨਹੀਂ ਯਾਦ ਕਰਦੇ। ਨਹੀਂ ਨਹੀਂ ਵੱਟ ਕਰਦੇ, ਚਲੋ ਅਸੀਂ ਯਾਦ ਕਰ ਲਏ ਬੱਲੇ ਬੱਲੇ। ਹੋਰ ਕਿੱਦਾਂ, ਠੀਕ ਆ? ਹਾਂ ਵਧੀਆ, ਮੇਰਾ ਨੇ ਚਲੋ ਹਾਂ ਜੀ ਚਲੋ ਵਧੀਆ ਹੋਣਾ ਚਾਹੀਦਾ। ਹੋਰ ਕੋਈ ਹੈ ਤਾਂ ਸੁਣਾ ਦੇ ਮੇਰੇ। ਬਸ ਵਧੀਆ, ਠੀਕ ਹੈ। ਅੱਛਾ ਅੱਛਾ ਚਲੋ, ਮੈਂ ਕਿਹਾ ਨਾਲੇ ਇੱਕ ਵੀਰੇ ਨਾਲ ਕੰਮ ਵੀ ਸੀ ਛੋਟਾ ਜਿਹਾ, ਮੈਂ ਕਿਹਾ ਵੀਰੇ ਨਾਲ ਕੰਮ ਵੀ ਕਰ ਲਾਂਗੇ, ਨਾਲੇ ਕਹਿ ਦਿਆਂਗੇ, ਨਾਲੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਵੀਰੇ, ਹੁਕਮ ਲੈ ਲਾਂਗੇ, ਗੱਲਾਂ ਕਰ ਲਾਂਗੇ। ਬਿਲਕੁਲ ਬਿਲਕੁਲ, ਕੋਈ ਗੱਲ ਨਹੀਂ, ਹੁਕਮ ਕਰੋ। ਹਾਂ ਤੇ ਹਾਂ ਤੇ ਜਿਹੜਾ ਵੀਰੇ ਨੂੰ ਕੰਮ ਕਹਿਣ ਲੱਗੇ, ਕੰਮ ਆਪਣੇ ਦੋਵਾਂ ਵੀਰਾਂ 'ਚ ਰੱਖਣਾ, ਕਿ ਕਿਸੇ ਬੰਦੇ ਨੂੰ ਗੱਲ ਨਹੀਂ ਕਰਨੀ। ਨਹੀਂ ਨਹੀਂ ਕੋਈ ਗੱਲ ਨਹੀਂ, ਇਹ ਵੀ ਕਰੋ। ਹਾਂ ਤੇ ਇੱਦਾਂ ਨਾ ਜੀ, ਇੱਦਾਂ ਮੇਰੇ ਕੋਲ ਥੋੜੇ ਜਿਹੇ ਪੈਸੇ ਪਏ ਸੀ, ਮੈਂ ਕਿਹਾ ਚੱਲ ਜੀ ਮੈਂ ਤੈਨੂੰ ਯਾਰ ਕਰਾ ਦੇਣਾ, ਤੂੰ ਆਪਣੇ ਕੋਲ ਰੱਖ ਲਵੀਂ। ਚੱਲ ਮੇਰੇ ਸਲਾਹ ਬਣ ਰਹੀ ਕਿ ਥੋੜੇ ਦਿਨਾਂ ਤੱਕ ਨਾ ਵਾਪਸੀ ਆਉਣ ਦੇ, ਮੈਂ ਚਲੋ ਚੱਕਰ ਲਾ ਲਈਏ। ਕੋਈ ਕੋਈ ਗੱਲ ਨਹੀਂ ਵੀਰੇ, ਕੋਈ ਗੱਲ ਨਹੀਂ, ਗੱਡੀ ਗੁੱਡੀ ਬੁੱਕ ਕਰਾਉਣੀ ਗੇ ਤੇ ਇਹ ਤਾਂ ਹੈ, ਮੈਂ ਕਿਹਾ ਗੱਡੀ ਗੁੱਡੀ ਬੁੱਕ ਕਰਾਉਣੀ ਹੈਗੇ। ਆਹੋ ਇਹ ਸਲਾਹ ਬਣਦੀ ਪਈ ਮੇਰੇ ਫਿਲਹਾਲ ਤੇ, ਇਹ ਸਲਾਹ ਬਣਦੀ ਗੱਡੀ ਗੁੱਡੀ ਦੀ ਬਣ ਰਹੀ ਆ, ਤੇ ਮੈਂ ਕਿਹਾ ਚੱਲ ਗੱਡੀ ਗੁੱਡੀ ਜਾ ਕੇ ਲੈ ਲਾਂਗੇ, ਆਪਣੇ ਵੀਰੇ ਕੋਲ ਇਹਦਾ ਅਮਾਉਂਟ ਸਾਈਡ ਤੇ ਚੁੱਪ ਕਰਕੇ ਰੱਖ ਦਿੰਦੇ ਆ, ਤੇ ਗੱਲ ਕਿਸੇ ਨੂੰ ਕਰਨੀ ਨੀ, ਠੀਕ ਆ? ਆਪਣੇ ਦੋਵਾਂ ਦੀ ਗੱਲ ਕਰ ਰੱਖਣੀ ਹੈ। ਬਿਲਕੁਲ ਬਿਲਕੁਲ ਵੀਰੇ, ਕੋਈ ਗੱਲ ਨੀ। ਆਪਣੇ ਕੋਲ ਹਾਂਜੀ ਹਾਂ, ਕਾਪੀ ਦਾ ਫੋਟੋ ਭੇਜ ਦੇ, ਫੋਟੋ ਭੇਜ ਕੇ ਫਿਰ ਮੈਨੂੰ ਕਾਲ ਕਰ, ਮੈਂ ਤੈਨੂੰ ਥੋੜੀ ਦੇਰ ਤੋਂ ਜਾ ਕੇ ਪੈਸੇ ਕਰਾ ਦਿੰਦਾ ਵਾਂ। ਓਕੇ ਸਰ, ਕੋਈ ਗੱਲ ਨਹੀਂ, ਠੀਕ ਆ? ਕਿੰਨੀ ਦੇਰ ਤੱਕ ਕਾਪੀ ਦਾ ਫੋਟੋ ਭੇਜਣਾ? ਭੇਜ ਦੇਣਾ ਲੱਗਾ ਕਿ ਬੈਂਕ ਦੇ ਮੂਹਰੇ ਨਾ ਕੋ 5-10 ਮਿੰਟ ਤੱਕ? ਹਾਂ ਹਾਂ ਭੇਜ ਦੇਣਾ। ਤੇ ਤੁਹਾਨੂੰ ਵੀ ਜੇਕਰ ਇਸ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਤਾਂ ਕਿਸੇ ਦੇ ਮਹਿਕਾਵੇ ਵਿੱਚ ਆ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਪੇਮੈਂਟ ਸਾਂਝੀ ਨਾ ਕੀਤੀ ਜਾਵੇ ਤੇ ਨਾ ਹੀ ਆਪਣੇ ਅਕਾਊਂਟ ਨੰਬਰ ਕਿਸੇ ਨਾਲ ਸਾਂਝੇ ਕੀਤੇ ਜਾਣ, ਕਿਉਂਕਿ ਸ਼ਾਇਦ ਤੁਹਾਨੂੰ ਵੀ ਪਤਾ ਨਾ ਲੱਗੇ ਕਿ ਤੁਸੀਂ ਠੱਗੀ ਦਾ ਸ਼ਿਕਾਰ ਹੋ ਗਏ ਹੋ। ਜਗਬਾਣੀ ਟੀਵੀ ਲਈ ਆਦਰਸ਼ ਜੋਸ਼ਨ ਦੀ ਰਿਪੋਰਟ।